ਦੋਸਤੋ ਮੈਂ ਐਡਵੋਕੇਟ ਕਮਲਜੀਤ ਸਿੰਘ ਕੁੱਟੀ ਹਾਜ਼ਰ ਹਾਂ ਇੱਕ ਨਵੀਂ ਕਾਨੂੰਨੀ ਜਾਣਕਾਰੀ ਦੇ ਨਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੇਰੇ ਇਸ ਚੈਨਲ ਕਾਨੂੰਨੀ ਸਲਾਹ ਬਾਈ ਐਡਵੋਕੇਟ ਕਮਲਜੀਤ ਸਿੰਘ ਕੁੱਟੀ ਦੇ ਉੱਪਰ ਆਪਾਂ ਸੌਖੀ ਪੰਜਾਬੀ ਭਾਸ਼ਾ ਦੇ ਵਿੱਚ ਉਹਨਾਂ ਕਾਨੂੰਨਾਂ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਜਿਨ੍ਹਾਂ ਕਾਨੂੰਨਾਂ ਦੇ ਨਾਲ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਸਾਡਾ ਵਾਅ ਵਾਸਤਾ ਪੈਂਦਾ ਤੇ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈ ਉਹ ਹੈ ਜ਼ਿਲ੍ਹਾ ਕਾਨੂੰਨੀ ਸਮਾਵਾ ਅਥਾਰਟੀ ਜਿਹੜੀ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ ਉਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਮੇਰੀ ਬੇਨਤੀ ਹੈ ਜਿਹੜੇ ਦੋਸਤਾਂ ਨੇ ਅਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਅਗਲੀ ਵੀਡੀਓ ਹੈ ਉਹ ਤੁਹਾਡੇ ਕੋਲੇ ਜਾਣਕਾਰੀ ਲੈ ਕੇ ਸਿੱਧੀ ਪਹੁੰਚ ਸਕੇ ਤੇ ਅੱਗੇ ਆਪਣੇ ਦੋਸਤਾਂ ਨਾਲ ਜੇ ਵੀਡੀਓ ਚੰਗੀ ਲੱਗੀ ਤਾਂ ਸਾਂਝੀ ਵੀ ਕਰ ਦਿਓ ਤਾਂ ਆਓ ਫਿਰ ਹੁਣ ਸ਼ੁਰੂ ਕਰਦੇ ਹਾਂ ਅੱਜ ਦਾ ਆਪਣਾ ਵਿਸ਼ਾ ਮੁਫਤ ਕਾਨੂੰਨੀ ਸਹਾਇਤਾ ਸੰਬੰਧੀ ਜਾਣਕਾਰੀ ਤਾਂ ਦੋਸਤੋ ਜ਼ਿਲ੍ਹਾ ਕਾਨੂੰਨੀ ਸਵਾਮਾ ਅਥਾਰਟੀ ਇੱਕ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦਾ ਆਧਾਰ ਹੈ ਤੇ ਜ਼ਿਲ੍ਹਾ ਕਾਨੂੰਨੀ ਸਵਾਮਾ ਅਥਾਰਟੀ ਦਾ ਦਫ਼ਤਰ ਹਰ ਜ਼ਿਲ੍ਹੇ ਦੇ ਵਿੱਚ ਬਣਿਆ ਹੋਇਆ ਇਸ ਤੋਂ ਉੱਪਰ ਹਾਈ ਕੋਰਟ ਪੱਧਰ ਤੇ ਜਿਹੜੀ ਹੈ ਪੰਜਾਬ ਰਾਜ ਕਾਨੂੰਨੀ ਸੁਵਾਂਵਾ ਅਥਾਰਟੀ ਹੈ ਤੇ ਉਸ ਤੋਂ ਉੱਪਰ ਰਾਸ਼ਟਰੀ ਪੱਧਰ ਤੇ ਰਾਸ਼ਟਰੀ ਕਾਨੂੰਨੀ ਸੁਵਾਂਵਾ ਅਥਾਰਟੀ ਬਣੀ ਹੋਈ ਆ ਤਾਂ ਜ਼ਿਲ੍ਹਾ ਕਾਨੂੰਨੀ ਸੁਵਾਂਵਾ ਅਥਾਰਟੀ ਬਾਰੇ ਆਪਾਂ ਅੱਜ ਗੱਲ ਕਰਦੇ ਆਂ ਜੇ ਕੋਈ ਵੀ ਵਿਅਕਤੀ ਜਿਹਦੀ ਆਮਦਨ 3 ਲੱਖ ਰੁਪਏ ਤੋਂ ਮੰਨ ਲਓ ਘੱਟ ਆ ਜਾਂ ਕੋਈ ਬੇਗਾਰ ਦਾ ਮਾਰਿਆ ਹੋਇਆ ਜਾਂ ਕੋਈ ਵੱਡੀ ਮੁਸੀਬਤ ਦਾ ਮਾਰਿਆ ਹੋਇਆ ਜਾਂ ਕੋਈ ਔਰਤ ਹੈ ਜਾਂ ਕੋਈ ਬੱਚਾ ਹੈ ਜਾਂ ਕੋਈ ਵਿਅਕਤੀ ਕੈਦੀ ਹੈ ਇੱਦਿੱਤੋ ਭਾਵ ਹੈ ਕਿ ਉਹਨੂੰ ਕਿਸੇ ਕੇਸ ਦੇ ਵਿੱਚ ਸਜ਼ਾ ਹੋ ਚੁੱਕੀ ਹੈ ਜਾਂ ਕੋਈ ਵਿਅਕਤੀ ਹਵਾਲਾਤੀ ਹੈ ਹਵਾਲਾਤੀ ਤੋਂ ਭਾਵ ਹੈ ਕਿ ਉਹ ਜੇਲ੍ਹ ਦੇ ਵਿੱਚ ਹੈ ਪਰ ਅਜੇ ਉਹਦਾ ਚਲਾਨ ਨਹੀਂ ਪੇਸ਼ ਹੋਇਆ ਜਾਂ ਉਹਨੂੰ ਸਜ਼ਾ ਨਹੀਂ ਹੋਈ ਉਹਨੂੰ ਅਰੈਸਟ ਕੀਤਾ ਪੁਲਿਸ ਨੇ ਤੇ ਉਸ ਤੋਂ ਬਾਅਦ ਉਹਨੂੰ ਜੇਲ੍ਹ ਭੇਜਤਾ ਅਦਾਲਤ ਨੇ ਨਿਆਂਇਕ ਹਰਾਸਤ ਦੇ ਵਿੱਚ ਕੋਈ ਬੰਦਾ ਹੈ ਉਹਨੂੰ ਆਪਾਂ ਹਵਾਲਾਤੀ ਕਹਿੰਦੇ ਆ ਤਾਂ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਆ ਉਹਨਾਂ ਸਾਨਿਆਂ ਨੂੰ ਜ਼ਿਲ੍ਹਾ ਕਾਨੂੰਨੀ ਸਹਾਇਤਾ ਅਥਾਰਟੀ ਵੱਲੋਂ ਮੁਫਤ ਦੇ ਵਿੱਚ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ ਇਹਦਾ ਮਕਸਦ ਇਹੀ ਹੈ ਕਿ ਜਿਹੜੇ ਲੋਕ ਇਸ ਸਥਿਤੀ ਦੇ ਵਿੱਚ ਨਹੀਂ ਕਿ ਉਹ ਵਕੀਲ ਦੀ ਫੀਸ ਦੇ ਸਕਣ ਜਾਂ ਵਕੀਲ ਕਰ ਸਕਣ ਤਾਂ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਤਾਂ ਕਿ ਉਹ ਸਿਰਫ ਆਪਣੀ ਗਰੀਬੀ ਕਰਕੇ ਜਾਂ ਆਪਣੇ ਜਿਹੜੇ ਹਾਲਾਤ ਐ ਉਹ ਜੇਲ੍ਹ ਦੇ ਵਿੱਚ ਐ ਉਹ ਕੋਈ ਵਕੀਲ ਨਹੀਂ ਕਰ ਸਕੇ ਤਾਂ ਉਹ ਆਪਣੇ ਹੱਕ ਤੋਂ ਵਾਂਝੇ ਨਾ ਰਹਿ ਜਾਣ ਉਹਨਾਂ ਨੂੰ ਵੀ ਇਨਸਾਫ ਮਿਲ ਸਕੇ ਤਾਂ ਇਹ ਸਾਰੇ ਜਿਹੜੇ ਮੈਂ ਤੁਹਾਨੂੰ ਸ਼੍ਰੇਣੀਆਂ ਦੱਸੀਆਂ ਹਨ ਇਹਨਾਂ ਦਾ ਜਿਹੜਾ ਵਿਅਕਤੀ ਹੈ ਉਹ ਜ਼ਿਲ੍ਹਾ ਕਾਨੂੰਨੀ ਸਿਵਲ ਅਥਾਰਟੀ ਦੇ ਦਫ਼ਤਰ ਦੇ ਵਿੱਚ ਪਹੁੰਚ ਕਰ ਸਕਦਾ ਹੈ ਹਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਕਾਨੂੰਨੀ ਸਿਵਲ ਅਥਾਰਟੀ ਦਾ ਦਫ਼ਤਰ ਕਚਹਿਰੀਆਂ ਦੇ ਵਿੱਚ ਹੀ ਬਣਿਆ ਹੁੰਦਾ ਇਸ ਤੋਂ ਇਲਾਵਾ ਜਿੱਥੇ ਸਬਡਿਵੀਜ਼ਨ ਹੈ ਜੇ ਮੰਨ ਲਓ ਆਪਾਂ ਗੱਲ ਕਰੀਏ ਜਿੱਥੇ ਤਹਿਸੀਲ ਦੇ ਵਿੱਚ ਜਿੱਥੇ ਜੱਜ ਸਾਹਿਬ ਬੈਠਦੇ ਆ तहसील पडर ते भी जिला कानूनी समाव अथॉरिटी ਵੱਲੋਂ 서브 ਡਿਵੀਜ਼ਨਲ ਜਿਲ੍ਹਾ ਕਾਨੂੰਨੀ ਸਮਾਵ ਅਥਾਰਟੀ ਦਾ ਦਫ਼ਤਰ ਬਣਿਆ ਹੁੰਦਾ ਤਾਂ ਜਿਹੜੇ ਵਿਅਕਤੀ ਨੇ ਚਾਹੇ ਉਹਦਾ ਫੌਜਦਾਰੀ ਕੇਸ ਹੈ ਅਰਥਾਤ ਚਾਹੇ ਤਾਂ ਉਹ ਪੁਲਿਸ ਕੇਸ ਹੈ ਉਹਨੇ ਕੋਈ ਪਰਚਾ ਕਿਸੇ ਤੇ ਦਰਜ ਕਰਾਇਆ ਜਾਂ ਉਹਦੇ ਤੇ ਕੋਈ ਪਰਚਾ ਦਰਜ ਹੋਇਆ ਉਹ ਵੀ ਕਾਨੂੰਨੀ ਸਹਾਇਤਾ ਲੈ ਸਕਦਾ ਹੈ ਤੇ ਜੇ ਕੋਈ ਵਿਅਕਤੀ ਐਸ ਤਰ੍ਹਾਂ ਜਿਹਦਾ ਸਿਵਲ ਰਾਈਟ ਹੈ ਮੰਨ ਲਓ ਕੋਈ ਜ਼ਮੀਨ ਦਾ ਮਕਾਨ ਦਾ ਦੁਕਾਨ ਦਾ ਕੋਈ ਉਹਦਾ ਕੋਈ ਪੈਸਿਆਂ ਦਾ ਝਗੜਾ ਹੈ ਜਾਂ ਕੋਈ ਕੰਜ਼ਿਊਮਰ ਕੋਰਟ ਦਾ ਕੇਸ ਹੈ ਕਿਸੇ ਵੀ ਤਰ੍ਹਾਂ ਦਾ ਚਾਹੇ ਦਿਵਾਨੀ ਮਾਮਲਾ ਤੇ ਚਾਹੇ ਫੌਜਦਾਰੀ ਮਾਮਲਾ ਹਰ ਵਿਅਕਤੀ ਜਿਹੜੀਆਂ ਮੈਂ ਸ਼੍ਰੇਣੀਆਂ ਦੱਸੀਆਂ ਜੇ ਉਹਨਾਂ 'ਚ ਸ਼ਰਤਾਂ ਪੂਰੀਆਂ ਕਰਦਾ ਤਾਂ ਉਹ ਜ਼ਿਲ੍ਹਾ ਕਾਨੂੰਨੀ ਸਹਾਵਾ ਅਥਾਰਟੀ ਦੇ ਦਫ਼ਤਰ ਤੋਂ ਸਹਾਇਤਾ ਲੈ ਸਕਦਾ ਇੱਕ ਵਕੀਲ ਸਹਿਬਾਨ ਦਾ ਪੈਨਲ ਬਣਿਆ ਹੁੰਦਾ ਕਾਨੂੰਨੀ ਸਿਵਮਾ ਅਥਾਰਟੀ ਦੇ ਕੋਲੇ ਉਹਦੇ ਵਿੱਚੋਂ ਹੀ ਉਹ ਜਿਹੜਾ ਹੈਗਾ ਵਕੀਲ ਸਾਹਿਬ ਦੀ ਡਿਊਟੀ ਲਾ ਦਿੰਦੇ ਆ ਤਾਂ ਫਿਰ ਉਹਨੇ ਉਹਨਾਂ ਵਿਅਕਤੀਆਂ ਦਾ ਜਿਹੜਾ ਕੇਸ ਆ ਉਹ ਕਰਨਾ ਹੁੰਦਾ ਕਾਨੂੰਨੀ ਸਿਵਮਾ ਅਥਾਰਟੀ ਦਾ ਦਫ਼ਤਰ ਜ਼ਿਲ੍ਹਾ ਪੱਧਰ ਤੇ ਜਿਵੇਂ ਤੁਹਾਨੂੰ ਦੱਸਿਆ ਜਾਂ ਤਹਿਸੀਲ ਪੱਧਰ ਤੇ ਬਣਿਆ ਹੋਇਆ ਜੇ ਇਸ ਤੋਂ ਇਲਾਵਾ ਮੰਨ ਲਓ ਕਿਸੇ ਵਿਅਕਤੀ ਨੇ ਹਾਈ ਕੋਰਟ ਦੇ ਵਿੱਚ ਕੋਈ ਕੇਸ ਕਰਨਾ ਹੈ ਉਹਨੂੰ ਜ਼ਿਲ੍ਹਾ ਪੱਧਰ ਤੇ ਕੋਈ ਸਜ਼ਾ ਹੋ ਗਈ ਜਾਂ ਕੋਈ ਕਿਸੇ ਤਰ੍ਹਾਂ ਦੀ ਉਹਨੇ ਅਪੀਲ ਕਰਦੀ ਹੈ ਤਾਂ ਹਾਈ ਕੋਰਟ ਦੇ ਪੱਧਰ ਤੇ ਵੀ ਉਹ ਕਾਨੂੰਨੀ ਅਥਾਰਟੀ ਤੋਂ ਸੇਵਾਵਾਂ ਲੈ ਸਕਦਾ ਜੇਕਰ ਉਹ ਇਹਨਾਂ ਸ਼ਰਤਾਂ ਨੂੰ ਪੂਰੀਆਂ ਕਰਦਾ ਕਿ ਉਹ ਬਿਗਾਰ ਦਾ ਮਾਰਿਆ ਜਾਂ ਕੋਈ ਵੱਡੀ ਮੁਸੀਬਤ ਦਾ ਮਾਰਿਆ ਜਾਂ ਉਹਦੀ ਆਮਦਨ ਜੋ ਹੈ ਉਹ 3 ਲੱਖ ਰੁਪਏ ਤੋਂ ਘੱਟ ਹੈ ਜਾਂ ਕੋਈ ਔਰਤ ਹੈ ਜਾਂ ਕੋਈ ਬੱਚਾ ਹੈ ਜਾਂ ਕੋਈ ਹਵਾਲਾਤੀ ਹੈ ਤੇ ਜਾਂ ਜਿਹੜਾ ਹੈਗਾ ਕੋਈ ਕੈਦੀ ਆ ਤਾਂ ਇਹ ਸਾਰੇ ਜਿਹੜੇ ਇਹਨਾਂ ਸ਼੍ਰੇਣੀਆਂ ਦੇ ਵਿਅਕਤੀ ਆ ਉਹ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਸਹਾਇਤਾ ਲੈ ਸਕਦੇ ਆ ਜ਼ਿਲ੍ਹਾ ਪੱਧਰ ਤੇ ਵੀ ਤਹਿਸੀਲ ਪੱਧਰ ਤੇ ਵੀ ਤੇ ਇਸ ਤੋਂ ਇਲਾਵਾ ਹਾਈ ਕੋਰਟ ਪੱਧਰ ਤੇ ਤੇ ਜੇ ਰਾਸ਼ਟਰੀ ਪੱਧਰ ਤੇ ਉਹਨਾਂ ਨੂੰ ਸੁਪਰੀਮ ਕੋਰਟ ਜਾਣਾ ਪੈਂਦਾ ਤਾਂ ਉੱਥੇ ਵੀ ਉਹ ਇਹ ਸਹਾਇਤਾ ਲੈ ਸਕਦੇ ਆ ਇਸ ਤੋਂ ਇਲਾਵਾ ਜਿਹੜਾ ਹੈਗਾ ਮੋਟੀ ਜੀ ਗੱਲ ਜਿਹੜੀ ਦੱਸਣ ਵਾਲੀ ਸੀਗੀ ਉਹ ਤੁਹਾਨੂੰ ਇਹ ਸੀਗੀ ਕਿ ਜ਼ਿਲ੍ਹਾ ਕਾਨੂੰਨੀ ਸਵਾਮ ਆਥਾਰਟੀ ਦੇ ਦਫ਼ਤਰ ਵਿੱਚ ਜਾ ਕੇ ਇੱਕ ਸਿੰਪਲ ਦਰਖਾਸਤ ਦੇਣੀ ਆ ਇੱਕ ਫਾਰਮ ਛਪਿਆ ਹੋਇਆ ਉਹਦੇ ਵਿੱਚ ਤੁਸੀਂ ਆਪਣੇ ਬਾਰੇ ਜ਼ਿਕਰ ਕਰਨਾ ਆਪਣਾ ਕੀ ਮਾਮਲਾ ਹੈ ਕਿਹੜੇ ਵਿਸ਼ੇ ਦੇ ਵਿੱਚ ਕਿਹੜਾ ਹੱਕ ਲੈਣ ਲਈ ਜਾਂ ਕਿਹੜੇ ਵਿਸ਼ੇ ਦੇ ਵਿੱਚ ਤੁਸੀਂ ਚਾਹੁੰਦੇ ਹੋ ਕਾਨੂੰਨ ਤੁਹਾਡੀ ਸਹਾਇਤਾ ਕਰੇ ਜਾਂ ਤੁਸੀਂ ਵਕੀਲ ਸਾਹਿਬ ਦੀਆਂ ਸਲਾਹਾਂ ਚਾਹੁੰਦੇ ਹੋ ਉਹਦੇ ਬਾਰੇ ਤੁਸੀਂ ਦੱਸਣਾ ਆਪਣਾ ਫੋਨ ਨੰਬਰ ਵਗੈਰਾ ਲਿਖਣਾ ਤਾਂ ਉਹ ਤੁਸੀਂ ਉੱਥੇ ਦੇ ਦੇਣਾ ਤੇ ਉਸ ਤੋਂ ਬਾਅਦ ਇੱਕ ਅੱਧੇ ਦਿਨ ਦਾ ਪ੍ਰੋਸੈਸ ਹੁੰਦਾ ਤਾਂ ਉਹ ਵਕੀਲ ਸਾਹਿਬ ਦੀਆਂ ਸਲਾਹਾਂ ਤੁਹਾਨੂੰ ਦੇ ਦਿੰਦੇ ਆ ਤੇ ਇਸ ਤਰ੍ਹਾਂ ਨਾਲ ਮੁਫਤ ਦੇ ਵਿੱਚ ਕਾਨੂੰਨੀ ਸਹਾਇਤਾ ਲੈਣ ਦਾ ਇਹ ਵੀ ਇੱਕ ਰਸਤਾ ਹੈ ਜਿਹੜੇ ਬੰਦੇ ਸ਼ਰਤਾਂ ਪੂਰੀਆਂ ਕਰਦੇ ਆ ਜਿਹੜੀਆਂ ਮੈਂ ਸ਼੍ਰੇਣੀਆਂ ਦੱਸੀਆਂ ਉਹਨਾਂ ਨਾਲ ਸੰਬੰਧਿਤ ਹੈ ਤਾਂ ਉਹ ਇਸ ਤਰ੍ਹਾਂ ਨਾਲ ਕਾਨੂੰਨੀ ਸਹਾਇਤਾ ਲੈ ਸਕਦੇ ਆ ਤਾਂ ਕਿ ਉਹਨਾਂ ਦਾ ਹੱਕ ਨਾ ਮਾਰਿਆ ਜਾਵੇ ਤੇ ਉਹ ਸਿਰਫ ਪੈਸਿਆਂ ਕਰਕੇ ਆਪਣਾ ਹੱਕ ਲੈਣ ਤੋਂ ਜਾਂ ਇਨਸਾਫ ਲੈਣ ਤੋਂ ਵਾਂਝੇ ਨਾ ਲਹਿ ਜਾਓ ਤਾਂ ਅੱਜ ਇੰਨੀ ਕੀ ਜਾਣਕਾਰੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ